ਬਲਵਾਂ ਦਾ ਜਥਾ ਪਾਕਿਸਤਾਨ ਜਾ ਰਿਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਨਤਮਸਤਕ ਹੋਣ ਵਾਸਤੇ। ਵੀਜ਼ੇ ਦੀ ਮੰਗ ਤਾਂ ਕੀਤੀ ਸੀ ਜ਼ਿਆਦਾ ਦੀ, ਲੇਕਿਨ ਅੰਬੈਸੀ ਨੇ ਕੁਛ ਵੀਜ਼ੇ ਕੱਟ ਦਿੱਤੇ ਹੈ। ਅਸੀਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਅਤੇ ਪਾਕਿਸਤਾਨ ਨੂੰ ਵੀ ਕਰਾਂਗੇ ਕਿ ਜਿੰਨੇ ਵੀਜ਼ੇ ਵੱਧ ਤੋਂ ਵੱਧ ਉੱਥੇ ਲੱਗ ਸਕਣ, ਕਿਉਂਕਿ ਪਾਕਿਸਤਾਨ ਜਾਣ ਵਾਲੇ ਯਾਤਰੂਆਂ ਦੀ ਹੋਰ ਕੋਈ ਮਨਸ਼ਾ ਨਹੀਂ ਹੁੰਦੀ, ਸਿਰਫ ਧਾਰਮਿਕ ਜਿਹੜੇ ਸਾਡੇ ਗੁਰੂ ਧਾਮ ਨੇ ਉਹਨਾਂ ਦੇ ਦਰਸ਼ਨਾਂ ਵਾਸਤੇ ਉੱਥੇ ਜਾਂਦੇ ਆ। 280 ਅਪਲਾਈ ਕੀਤੇ ਸੀ ਜੀ ਅਤੇ 165 ਵੀਜ਼ਾ ਮਿਲਿਆ। ਬਹੁਤ ਵੀਜ਼ੇ ਜਿਹੜੇ ਆ ਕਿਸੇ ਕਾਰਨ ਕਰਕੇ ਕੱਟੇ ਗਏ ਅਤੇ ਇਹ ਅੱਜ ਦਾ ਜਿਹੜਾ ਜਥਾ ਇੱਥੋਂ ਤੁਰੇਗਾ ਜੀ, ਇਹਨਾਂ ਨੇ 15 ਤਰੀਕ ਨੂੰ ਵਾਪਸ ਆਉਣਾ ਹੈ। ਅੱਜ ਰਾਤ ਦਰਬਾਰ ਸਾਹਿਬ ਅੰਮ੍ਰਿਤਸਰ ਠਹਿਰਨਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਜਿਹੜੀ ਆਪਣੀ ਵਿੰਗ ਹੈਗੀ ਆ, ਇੱਥੇ ਯਾਤਰਾ ਵਿੰਗ ਬਣਾਇਆ ਹੋਇਆ ਹੈ, ਇਹ ਧਰਮ ਪ੍ਰਚਾਰ ਕਮੇਟੀ ਬਹੁਤ ਵੱਡੇ ਪੱਧਰ ਦੇ ਉੱਤੇ, ਹੁਣ ਮੈਂ ਦਾਸ ਵੀ ਉੱਥੇ ਜਾ ਕੇ ਆਇਆ, ਜਿਹੜਾ ਪੰਜਾਬ ਸਾਹਿਬ ਦਾ ਸਾਕਾ ਸੀ 100 ਸਾਲਾ ਉਹ ਬਣਾਇਆ, ਅਤੇ ਇਹ ਜਿਹੜਾ ਦੂਜਾ ਜਥਾ ਜਾ ਰਿਹਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ, ਨਨਕਾਣਾ ਸਾਹਿਬ ਅਤੇ ਹੋਰ ਵੀ ਉੱਥੇ ਜਿੰਨੇ ਗੁਰੂ ਧਾਮ ਹੈਗੇ ਨੇ, ਲਾਹੌਰ ਹੈਗਾ, ਪੰਜਾਬ ਸਾਹਿਬ ਹੈਗਾ, ਕਰਤਾਰਪੁਰ ਸਾਹਿਬ ਹੈਗਾ, ਸਾਰਿਆਂ ਦੀ ਇਹ ਯਾਤਰਾ ਕਰਕੇ ਅਤੇ ਵਾਪਸ ਆਉਣਗੇ। ਅਸੀਂ ਬੇਨਤੀ ਕਰਦੇ ਹਾਂ ਕਿ ਕਰਤਾਰਪੁਰ ਵਾਹਿਗੁਰੂ ਇਸ ਯਾਤਰਾ ਨੂੰ ਬਹੁਤ ਸਫਲ ਬਣਾਵੇ। ਔਰ 200 ਤੋਂ ਉੱਪਰ ਜਿਹੜੇ ਵੀਜ਼ੇ ਜਿਹੜੇ ਦੇ ਵਾਸਤੇ ਅਸੀਂ ਅਪਲਾਈ ਕੀਤਾ ਹੈ, ਜਿਹਦੇ 160-165 ਦੇ ਕਰੀਬ ਜਿਹੜਾ ਉਹ ਵੀਜ਼ੇ ਲੱਗੇ ਨੇ। ਔਰ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਇਹਨਾਂ ਦੀ ਸਿੱਖ ਯਾਤਰੀਆਂ ਦੀ ਜਿਹੜੀ ਆਸਥਾ ਹੈ ਜਿਹੜੀ ਹੈ ਆਪਣੇ ਧਰਮ ਸਥਾਨਾਂ 'ਚ ਬਣੀ ਹੋਈ ਹੈ, ਔਰ ਉਹਨਾਂ ਦੇ ਦਰਸ਼ਨਾਂ ਵਾਸਤੇ ਜਾਣਾ ਹੁੰਦਾ ਹੈ, ਔਰ ਇਹਨਾਂ ਨੂੰ ਜਿਹੜੇ ਵੀਜ਼ੇ ਨੇ ਉਹ ਵੱਧ ਤੋਂ ਵੱਧ ਦੇਣੇ ਚਾਹੀਦੇ ਨੇ। ਔਰ ਇਹ ਜਥਾ ਜਿਹੜਾ ਅੱਜ ਇੱਥੋਂ ਕੁਰਖੇਤਰ ਤੋਂ ਜਿਹੜਾ ਰਵਾਨਾ ਹੋ ਰਿਹਾ, ਇਹ ਰਾਤ ਜਾ ਕੇ ਦਰਬਾਰ ਸਾਹਿਬ ਠਹਿਰੇਗਾ, ਉਪਰੰਤ ਸਵੇਰੇ ਉੱਥੋਂ 8 ਵਜੇ ਚੱਲੇਗਾ, ਵਾਹਗਾ ਬਾਰਡਰ ਸਰਹੱਦੀ ਰਾਹੀਂ ਜਿਹੜਾ ਪਾਕਿਸਤਾਨ ਵਿੱਚ ਦਾਖਲ ਹੋਵੇਗਾ, ਔਰ ਵੱਖ ਵੱਖ ਜਿਹੜੇ ਸਾਡੇ ਆਪਣੇ ਧਾਰਮਿਕ ਸਥਾਨ ਨੇ ਉਹਨਾਂ ਦੀ ਯਾਤਰਾ ਜਿਹੜਾ ਕਰਦਾ ਹੋਇਆ 15 ਤਰੀਕ ਨੂੰ ਜਿਹੜਾ ਵਾਹਗਾ ਸਰਹੱਦ ਰਾਹੀਂ ਇਹ ਵਾਪਸ ਆਏਗਾ। ਅਸੀਂ ਅਕਾਲਪੁਰ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਯਾਤਰਾ ਜਿਹੜੀ ਸਫਲ ਹੋਏ, ਔਰ ਰਸਤੇ ਦੇ ਵਿੱਚ ਕੋਈ ਵੀ ਜਿਹੜਾ ਇਹਨਾਂ ਨੂੰ ਜਿਹੜੀ ਯਾਤਰਾ ਹੈ ਉਹਦੇ ਵਿੱਚ ਕੋਈ ਵਿਘਨ ਨਾ ਪਏ, ਔਰ ਉੱਥੇ ਦੇ ਜਿਹੜੇ ਦਰਸ਼ਨ ਕਰਕੇ ਜਿਹੜੇ ਨੇ ਸਫਲਤਾਪੂਰਵਕ ਜਿਹੜੇ ਵਾਸ ਭਾਰਤ ਵਰਤ ਸਕਣ। ਅਸੀਂ ਸਾਰੀ ਸੰਗਤ ਅੱਜ 165 ਦੇ ਕਰੀਬ ਜਿਹੜੇ ਵੀਜ਼ੇ ਲੱਗੇ ਨੇ, ਅਸੀਂ ਪਾਕਿਸਤਾਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 'ਤੇ ਜਾ ਰਹੇ ਹਾਂ। ਇੱਥੋਂ ਸ਼੍ਰੋਮਣੀ ਕਮੇਟੀ ਨੇ ਪੂਰਾ ਪ੍ਰਬੰਧ ਕੀਤਾ, ਸਾਡੇ ਸੰਗਤਾਂ ਦੇ ਜਾਣ ਵਾਸਤੇ ਬੱਸਾਂ ਦਾ ਅਰੇਂਜਮੈਂਟ ਹੈ, ਉੱਧਰੋਂ ਆਉਣ ਦਾ ਵੀ ਬੱਸਾਂ ਦਾ ਅਰੇਂਜਮੈਂਟ ਕੀਤਾ। ਅੱਜ ਰਾਤ ਅਸੀਂ ਦਰਬਾਰ ਸਾਹਿਬ ਰਵਾਂਗੇ ਅਤੇ ਉਸ ਤੋਂ ਬਾਅਦ ਪਾਕਿਸਤਾਨ ਰਵਾਨਾ ਹੋਵਾਂਗੇ।